नशे की रोकथाम के लिए गांव वल्ला से एससी विंग के प्रधान सरदार शक्ति सिंह वल्ला की अध्यक्षता में एक मोटरसाइकिल रैली निकाली गई, जो कि अलग अलग बाजारों से होती हुई एसपी ऑफिस में आकर संपन्न हुई। मैं शक्ति सिंह, भाजपा मंडल प्रधान एससी मोर्चा वार्ड नंबर 17 वल्ले तो, जो कि नशे का दौर सारे पासे रौला पिया पंजाब विच, साढ़े पिंड वल्ले विच नशे का इन्ना ही दौर चल रहा है, जिस कारण भी कुछ नौजवानों दियां मौतां भी हो चुकियां ने। असी ਇਹੋ ਚਾਹੁੰਦੇ ਹਾਂ ਪ੍ਰਸ਼ਾਸਨ ਗਾੜੀ ਵੀ ਇਸ ਨਸ਼ੇ ਦੇ ਦੌਰ ਨੂੰ ਘਟਾਇਆ ਜਾਵੇ, ਤਾਂ ਕਿ ਆਉਣ ਵਾਲੀ ਜਨਰੇਸ਼ਨ ਇਹ ਨਸ਼ੇ ਤੋਂ ਮੁਕਤ ਹੋ ਸਕੇ, ਤਾਂ ਕਿ ਪੜ੍ਹ ਲਿਖ ਕੇ ਕੋਈ ਚੰਗੇ ਰੁਜ਼ਗਾਰ 'ਤੇ ਤਰ ਸਕੇ, ਵੀ ਤਾਂ ਕਿ ਨਾ ਹੁਣ ਅੱਗੇ ਕੋਈ ਇਹੋ ਜਿਹਾ ਹਾਦਸਾ ਵਾਪਰੇ ਜਿਸ ਦਾ ਕੋਈ ਜੀ ਕਿਸੇ ਪਰਿਵਾਰ ਤੋਂ ਵਿਛੜ ਜਾਵੇ। ਅੱਜ ਅਸੀਂ ਇਸੇ ਮੁੱਦੇ ਨੂੰ ਨਜ਼ਰ ਰੱਖਦੇ ਹੋਏ ਜਾਗਰੂਕਤਾ ਰੈਲੀ ਕੱਢੀ ਆ, ਮੋਟਰਸਾਈਕਲ ਰੈਲੀ, ਤਾਂ ਕਿ ਅਸੀਂ ਘਰ ਘਰ ਗਲੀ ਗਲੀ ਹਰ ਸ਼ਹਿਰ 'ਚ ਹਰ ਪੰਜਾਬ ਦੇ ਵਿੱਚ ਮੈਸੇਜ ਦੇਣਾ ਚਾਹੁੰਦੇ ਹਾਂ ਵੀ ਨਸ਼ੇ ਤਿਆਗੋ, ਹੁਣ ਤਾਂ ਜਾਗੋ ਪੰਜਾਬੀਓ, ਜਾਗ ਜਾਓ, ਨਸ਼ੇ ਆਪਣੇ ਘਰ ਖਾ ਰਹੇ ਨੇ, ਇਹਨਾਂ ਤੋਂ ਪਰਹੇਜ਼ ਕਰੋ ਅਤੇ ਆਪਣੇ ਪਰਿਵਾਰ ਨੂੰ ਬਚਾਓ ਜੀ। ਇਹ ਗੱਲ ਪੱਕੀ ਸ਼ੋਰ ਜੀ, ਕਿਸੇ ਨਾ ਕੋਈ ਪੋਲੀਟੀਕਲ ਦਾ ਰਿਲੇਸ਼ਨ ਹੋ ਹੀ ਗਈ, ਇਸ ਕਰਕੇ ਅਸੀਂ ਇਹਨਾਂ ਨੂੰ ਚਾਹੁੰਦੇ ਹਾਂ ਵੀ ਤੁਸੀਂ ਆਪਣੇ ਜਿਹੜੀ ਕਾਨੂੰਨੀ ਕਾਰਵਾਈ ਸਖਤ ਕੀਤੀ ਜਾਵੇ, ਤਾਂ ਕਿ ਨਾ ਕਿ ਵੀ ਕਿਸੇ ਦੇ ਪੋਲੀਟੀਕਲ ਦਬਾਅ ਦੇ ਅੰਦਰ ਆ ਕੇ ਕਿਸੇ ਨੂੰ ਨਸ਼ਿਆਂ ਨੂੰ ਛੱਡਿਆ ਜਾਵੇ। ਚੌਂਕੀ ਦਾ ਬਦਲਾਵ, ਕਿਉਂਕਿ ਜਦੋਂ ਮੁਲਾਜ਼ਮ ਹੋ ਜਾਂਦੇ ਨਾ ਪੁਰਾਣੇ ਭੇਤੀ, ਇਹ ਫਿਰ ਕਿਸੇ ਨਾ ਕਿਸੇ ਆਪਣੇ ਪੁਰਾਣੀਆਂ ਦੋਸਤੀਆਂ ਜਾਂ ਕਿਸੇ ਪੈਸੇ ਦੀ ਵਜ੍ਹਾ ਨਾਲ ਕਾਰਵਾਈ ਨਹੀਂ ਕਰ ਪਾਉਂਦੇ। ਅਸੀਂ ਸਾਡੀ ਇਹੋ ਮੰਗ ਆ ਵੀ ਪ੍ਰਸ਼ਾਸਨ ਨੂੰ ਚੇਂਜ ਕੀਤਾ ਜਾਵੇ, ਕਿਉਂਕਿ ਨਵਾਂ ਆਵੇ ਕੋਈ ਆਪਣੇ ਸਹੀ ਢੰਗ ਨਾਲ ਡਿਊਟੀ ਭੁਗਤਾਨ ਕੀਤੀ। ਇਹੋ ਜਿਹੀ ਗੱਲ ਕੋਈ ਗੱਲ ਨਹੀਂ, ਜਿਨ੍ਹਾਂ ਨੇ ਲੋਕਾਂ ਨੇ ਇਹ ਰੈਲੀ ਕੱਢੀ ਆ ਉਹਦੇ 'ਚ 30% ਲੋਕਾਂ ਦੇ ਖਿਲਾਫ਼ ਮੈਂ ਆਲਰੇਡੀ ਮੁਕੱਦਮੇ ਦਰਜ ਕਰ ਚੁੱਕਾ ਹਾਂ। ਕੋਈ ਇਹੋ ਜਿਹੀ ਗੱਲ ਨਹੀਂ ਆ ਵੀ ਸਾਡੀ ਪੁਲਿਸ ਦੀ ਕੋਈ ਮਿਲੀ ਭਗਤ ਹੋਵੇ, ਕਿਉਂਕਿ ਅਫਸਰਾਂ ਦਾ ਸਾਨੂੰ ਹੁਕਮ ਹੈ ਵੀ ਵੱਧ ਤੋਂ ਵੱਧ ਜਿਹੜਾ ਕੋਈ ਨਸ਼ੇ ਤੁਹਾਡੇ ਵੇਚਦਾ ਜਾਂ ਪੀਂਦਾ ਉਹਦੇ ਖਿਲਾਫ਼ ਮੁਕੱਦਮਾ ਦਰਜ ਕਰਕੇ ਉਹਨਾਂ ਕੋਲ ਰਿਕਵਰੀ ਸਮੇਤ ਉੱਤੇ ਪਰਚਾ ਦਰਜ ਕਰਕੇ ਜੇਲ੍ਹ 'ਚ ਭੇਜਿਆ ਜਾਵੇ। ਮੇਰੇ ਚੌਂਕੀ ਦੇ ਮੁਲਾਜ਼ਮ ਅਤੇ PCR ਦਿਨ ਰਾਤ ਮਿਹਨਤ ਕਰਦੇ ਆ, ਇਹਨਾਂ ਨੂੰ ਨਸ਼ੇ ਪੀਣ ਅਤੇ ਵੇਚਣ ਵਾਲਿਆਂ ਦੇ ਫੜਨ ਵਾਸਤੇ ਅਸੀਂ ਕੋਈ ਵੀ ਕਸਰ ਨਹੀਂ ਛੱਡਦੇ। ਜਦੋਂ ਵੀ ਕੋਈ ਦੋਸ਼ੀ ਫੜਿਆ ਜਾਂਦਾ ਇਹੋ ਜਿਹਾ, ਉਹਨੂੰ ਨਸ਼ੇ ਦੇ ਸਮੇਤ ਉਹਨੂੰ ਉਸੇ ਵੇਲੇ ਅਸੀਂ ਪਰਚਾ ਦਰਜ ਕਰ ਦਿੰਦੇ ਹਾਂ। ਕੋਈ ਮੇਰੇ PCR ਦੇ ਮੁਲਾਜ਼ਮ ਕੋਈ ਮਿਲੀ ਭੁਗਤ ਨਹੀਂ ਹੈਗੀ, ਨਾ ਹੀ ਮੇਰੇ ਕਿਸੇ ਚੌਂਕੀ ਦੇ ਮੁਲਾਜ਼ਮ ਦੀ ਮਿਲੀ ਭੁਗਤ ਹੈ।